तंबाकू सेवन से कैंसर, दिल का दौरा, फेफड़ों के रोग जैसी कई जानलेवा बीमारियां होती हैं। इस फिल्म अथवा कार्यक्रम में दिखाए गए कलाकार किसी भी प्रकार के तंबाकू उत्पादों जैसे कि बीड़ी, सिगरेट, खैनी, जर्दा इत्यादि के सेवन का समर्थन या प्रचार नहीं करते हैं। इंसान देश पंच वर्ग के फेफड़े हवा सोखन दे ले बने हन, पर कुछ लोग फेफड़िया बीड़ी सिगरेट का धुआं सोखन दे ले इस्तेमाल करते हैं। एक आम धूम्रपान करन वाले बंदे दे फेफड़िया नूं जेकर तुसी निचोड़ के वेखो तां इन्नी मिकदार विच तुहानूं पूरे वरी दा कैंसर पैदा करन वाला टार मिलेगा। इन्ना टार तुहानूं बीमार, बहुत बीमार करन लई काफी है। असी हर रोज़ तकरीबन 50 मरीज वेखदे हां, महीने विच करीब 1000। 80 to 90% मरीजां नूं मूंह दा कैंसर तंबाकू खाण नाल हुंदा है। ਇਹ ਮੁਕੇਸ਼ ਦੀ ਹੱਡ ਬੀਤੀ ਹੈ। ਮੇਰਾ ਨਾਮ ਮੁਕੇਸ਼ ਹੈ। ਮੈਂ ਸਿਰਫ 1 ਸਾਲ ਗੁਟਕਾ ਖਾਦਾ ਸੀ ਤੇ ਹੁਣ ਮੇਰੇ ਮੂੰਹ ਦੇ ਕੈਂਸਰ ਦਾ ਆਪਰੇਸ਼ਨ ਹੋ ਰਿਹਾ। ਹੋ ਸਕਦਾ ਮੈਂ ਦੁਬਾਰਾ ਬੋਲ ਵੀ ਨਾ ਸਕਾਂ। ਬਦਕਿਸਮਤੀ ਨਾਲ ਮੁਕੇਸ਼ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਉਹ ਸਿਰਫ 24 ਸਾਲ ਦਾ ਸੀ। ਖੈਣੀ, ਪਾਨ, ਗੁਟਕਾ, ਪਾਨ ਮਸਾਲਾ ਇਹ ਸਭ ਜਾਨਲੇਵਾ ਨੇ। ਸ਼ਰਾਬ ਅਤੇ ਨਸ਼ੇ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਡਰਿੰਕਿੰਗ ਐਂਡ ਡਰੱਗਸ ਆਰ ਇੰਜੂਰੀਅਸ ਟੂ ਹੈਲਥ। ਜੇ ਤਾਕਤਵਰ ਬੰਦਾ ਦੂਜੇ ਤਾਕਤਵਰ ਹੱਥੋਂ ਮਾਰਿਆ ਜਾਵੇ ਤਾਂ ਸਾਡੇ ਮਨ ਨੂੰ ਕੋਈ ਰੋਸ ਨਹੀਂ ਹੋਣਾ ਚਾਹੀਦਾ। ਮਾਨਸਾ ਤੋਂ ਚੰਡੀਗੜ੍ਹ ਆਇਆ ਮੈਨੂੰ 4 ਸਾਲ ਹੋ ਗਏ ਨੇ। ਰਾਜਧਾਨੀ ਦਾ ਕਿਰਦਾਰ ਹੌਲੀ ਹੌਲੀ ਸਮਝ ਪੈਂਦਾ ਹੈ। ਵੱਡੇ ਸ਼ਹਿਰ ਦੇ ਆਪਣੇ ਸੁੱਖ ਹੁੰਦੇ ਨੇ, ਪਰ ਸ਼ਹਿਰ ਕਿੰਨਾ ਜ਼ਾਲਿਮ ਹੋ ਸਕਦਾ ਹੈ ਇਹ ਵੀ ਸ਼ਹਿਰ 'ਚ ਰਹਿ ਕੇ ਹੀ ਪਤਾ ਲੱਗਦਾ ਹੈ। ਹਰ ਰੋਜ਼ 2 ਸੂਬਿਆਂ ਨੂੰ ਲੁੱਟਣ ਤੋਂ ਬਾਅਦ ਲੀਡਰਾਂ, ਪੁਲਸੀਆਂ ਅਤੇ ਬਾਬੂਆਂ ਦੀ ਹੇੜ ਜਦੋਂ ਰਾਜਧਾਨੀ ਪਹੁੰਚਦੀ ਹੈ, ਦਾਰੂ ਦੇ ਇੱਕ ਪੈਗ 'ਤੇ ਹਜ਼ਾਰਾਂ ਰੁਪਏ ਲੁਟਾਉਣ ਵਾਲਿਆਂ ਨੂੰ ਅਕਸਰ ਭੁੱਲ ਜਾਂਦਾ ਹੈ ਕਿ ਸਾਡੇ ਮੁਲਕ ਦੇ 83 ਕਰੋੜ ਲੋਕ 20 ਰੁਪਏ ਤੋਂ ਹੇਠਾਂ ਗੁਜ਼ਾਰਾ ਕਰਦੇ ਨੇ। ਯੂਨੀਵਰਸਿਟੀ 'ਚ ਹਾਲਾਤ ਅਜੀਬ ਨੇ। ਹਰਜੰਗ ਦਾ ਗਰੁੱਪ ਪਿਛਲੇ 15 ਸਾਲਾਂ ਤੋਂ ਸਟੂਡੈਂਟ ਪ੍ਰੈਜ਼ੀਡੈਂਟ ਦੀ ਚੋਣ ਸ਼ਾਨ ਨਾਲ ਜਿੱਤਦਾ ਰਿਹਾ ਹੈ। ਇਸ ਸਾਲ ਫਤਿਹ ਦਾ ਗਰੁੱਪ ਹਰਜੰਗ ਨੂੰ ਸੰਜਰਾ ਸ਼ਰੀਕ ਬਣ ਕੇ ਟੱਕਰਿਆ ਹੈ। ਸਿਆਣੇ ਕਹਿੰਦੇ ਨੇ ਦਿਨ ਹਰ ਕਿਸੇ ਦੇ ਆਉਂਦੇ ਨੇ ਤੇ ਜਾਂਦੇ ਵੀ ਨੇ। ਸੋਚ ਲੈ, ਜਿੱਤੇ ਤਾਂ ਆਪਾਂ ਹੀ ਹਨ। ਵਾਰ ਮੂਹਰੇ ਦੇਰੀ ਦਾ ਦੁੱਖ ਹੀ ਹੁੰਦਾ।
ਹੋਰ ਫਿਰ ਅਮਿਤਾ ਬਚਨ ਓਏ ਮੇਰੇ ਸਾਲਿਆ ਜੰਮ ਤਾਂ ਲਾਇਆ ਪਹਿਲਾਂ ਲੀਡਰ ਬਾਅਦ ਚ ਬਣ ਜੀ ਉਹਨੂੰ ਤਾਂ ਦਿਖਾਤਾ ਪੁੱਤ ਪੰਜੀ ਦਾ ਭੌਣ ਫੜ ਲਓ ਡੋਕੇ ਇਹ ਜਿਹਾ ਭੈਣ ਦਾ ਯਾਰ ਪੱਕਾ ਕਿਸੇ ਫਿਲਮ ਦੇ ਡਾਇਲੋਗ ਲਿਖਦਾ ਹੁੰਦਾ ਹੁਣ ਤਾਂ ਇਹ ਨਾ ਹੁਣ ਜਾਊਗਾ ਪੂਨਾ ਇੰਸਟੀਚਿਊਟ ਉੱਥੋਂ ਕਰੂਗਾ ਡਿਪਲੋਮਾ ਫਿਲਮ ਡਾਇਰੈਕਸ਼ਨ ਦਾ ਫੇਰ ਬਣਾਊ ਇਹ ਫਿਲਮ ਪੁੱਤ ਜੱਟਾਂ ਦੇ ਓਏ ਪੰਜਰ ਦੇ ਗਾਣੇ ਮੈਥੋਂ ਗਵਾ ਲਈ ਓਏ ਉਹ ਮੈਂ ਤਾਂ ਪਾਲਾ ਸੁਰੀਲਾ ਧਰਮ ਨਾਲ ਪੰਡਤ ਨੂੰ ਪੁੱਛਣਾ ਪੜਦਾ ਦੱਸੀ ਓਏ ਹੱਥ ਉੱਪਰ ਚੱਲ ਨਿਕਲ ਬਾਹਰ ਪੰਡਤਾ ਕਿਆ ਟਾਈਮਿੰਗ ਹੈ ਲੱਗਦਾ ਗੋਬਿੰਦ ਦੀਆਂ ਫਿਲਮਾਂ ਦੇਖਦਾ ਰਿਹਾ ਤੁਹਾਡੀ ਭੈਣ ਨੂੰ ਚਲਾਉਣ ਲੱਗਿਆ ਵਿਦਿਆਰਥੀਆਂ ਦੀ ਆਪਸੀ ਗੁੱਟਬੰਦੀ ਨੇ ਉਦੋਂ ਖਤਰਨਾਕ ਮੋੜ ਲੈ ਲਿਆ ਜਦੋਂ ਸਟੂਡੈਂਟ ਪ੍ਰੈਜ਼ੀਡੈਂਟ ਹਰਜੰਗ ਸਿੰਘ ਨੇ ਵਿਰੋਧੀ ਪਾਰਟੀ ਦੇ ਫਤਿਹ ਸਿੰਘ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹਰਜੰਗ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਦਾ ਦਾਅਵਾ ਹੈ ਕਿ ਉਹ ਛੇਤੀ ਹੀ ਦੋਸ਼ਾਂ ਨੂੰ ਗ੍ਰਿਫਤਾਰ ਕਰ ਲਵੇਗੀ ਮਿਤਕਾ ਕਵਰ ਯੂਨੀਵਰਸਿਟੀ ਕੈਂਪਸ ਡੇ ਐਂਡ ਨਾਈਟ ਨਿਊਜ਼ ਕਿਹੜੇ ਸਾਲੇ ਨੇ ਕਿਹਾ ਸੀ ਤੁਹਾਨੂੰ ਉੱਥੇ ਗੋਲੀ ਚਲਾਉਣ ਨੂੰ ਡਰਾਉਣਾ ਮੈਨੂੰ ਮੈਨੂੰ ਪਤਾ ਤੁਹਾਡਾ ਖੂਨ ਗਰਮ ਹੈ ਸਾਡਾ ਵੀ ਰਿਹਾ ਕਦੇ ਪਰ ਹੁਣ ਸਰਕਾਰ ਸਾਡੀ ਨਹੀਂ ਹੈਗੀ ਹੁਣ ਸਰਕਾਰ ਹੈਗੀ ਆ ਸਾਡੀ ਅਤੇ ਅਸੀਂ ਕਰਾਂਗੇ ਤੁਹਾਡਾ ਪੂਰਾ ਗਰੁੱਪ ਹਾਇਰ ਜ਼ਮਾਨਤ ਦੀ ਗਰੰਟੀ ਮੈਂ ਲੈਣਾ ਸਰੈਂਡਰ ਤਾਂ ਤੈਨੂੰ ਕਰਨਾ ਹੀ ਪਊ ਨਾ ਸਰੈਂਡਰ ਨਹੀਂ ਭਰੋਸਾ ਰੱਖੋ ਘਾਟੇ ਦਾ ਸੌਦਾ ਨਹੀਂ ਹੈਗਾ ਵੈਸੇ ਵੀ ਤੁਹਾਡੇ ਗਰੁੱਪ ਦੀ ਹਾਲਤ ਮੈਂ ਚੰਗੀ ਤਰ੍ਹਾਂ ਜਾਣਦਾ ਕਿਉਂ ਸ਼ੋਰ ਤੂੰ ਕੀ ਕਹਿਣਾ ਸੋਚ ਕੇ ਦੱਸਦੇ ਸਾਲਿਆ ਭੀੜ ਚ ਮੇਲਾ ਦਿਖਾਉਣ ਲਿਆ ਮੈਨੂੰ ਪਤੇ ਕਿ ਨਾਲ ਤਾਂ ਨਹੀਂ ਰਲ ਗਿਆ ਕਿਤੇ ਢਿੱਲੋ ਐਵੇਂ ਨਾ ਉੱਧਰ ਜੀ ਦੋ ਚਾਰ ਦਿਨਾਂ 'ਚ ਮੁੜਿਆਊ ਮੈਂ ਵੀਰ ਜੰਗਸਿਆ ਪੈ ਗਈ ਫਿਰ ਮੋਕ ਤੂੰ ਨਹੀਂ ਵੱਜਦਾ ਪੁੱਤ ਤੇਰੇ ਵਾਲੇ ਨੰਮਦੇ ਤਾਂ ਮੈਂ ਕਸੂੰਗਾ ਦੇਖਦੇ ਹਾਂ ਕੌਣ ਕਿਹਦੇ ਨੰਮਦੇ ਕਸੂਗਾ ਬੱਬੂ ਨੇ ਭੇਜਿਆ ਦੋ ਚਾਰ ਦਿਨ ਰਹਿਣਾ ਇੱਥੇ ਤੂੰ ਹੀ ਹੈ ਨਾ ਜਿਹੜਾ ਗਿਟਾਰ ਸਿੱਖਣਾ ਆਇਆ ਪਿੰਡੋਂ ਪਰ ਬਾਈ ਜੀ ਮੈਂ ਪਛਾਣਦਾ ਨਹੀਂ ਤੁਹਾਨੂੰ ਜਾਣ ਪਛਾਣ ਨੂੰ ਤਾਂ ਨਿੱਕੀ ਦੇ ਫੇਰੇ ਦੇਣੇ ਆ ਕਹਿ ਰਿਹਾ ਨਾ ਬੰਦਾ ਧਿਆਨ ਨਾਲ ਦੇਖ ਖਾਨਦਾਨੀ ਪੰਡਤ ਹੈ
देख टिक्का भी लाया नहीं, गल करा यार दी फोन ना। कमरा है कि बब्बू दा, तेनू फिर डोके लैन नू पुछदा, चल अंदर तेनू भी दिने ट्रेनिंग सुरां दी। ਸਿਕੰਦਰ ਸਾਹਿਬ ਮਹਾਰਾਜ, ਤੁਸੀਂ ਯੂਨੀਵਰਸਿਟੀ ਆ ਗਏ ਤਾਂ ਮਤਲਬ ਹੁਣ ਯੂਨੀਵਰਸਿਟੀ ਦਾ ਤਾਂ ਰੱਬ ਵੀ ਰਾਖਾ ਹੈ। ਪੁਰਾਣੀਆਂ ਗੱਲਾਂ ਭੁੱਲੀਆਂ ਨਹੀਂ ਜਾ ਸਕਦੀਆਂ। ਗੱਲਾਂ ਭੁੱਲੀਆਂ ਜਾ ਸਕਦੀਆਂ ਨੇ ਪਰ ਕਿਰਦਾਰ ਨਹੀਂ। ਕਿਉਂ ਪੈਂਦੀ ਹੈ ਫਿਰ ਸੱਥਰੀ, ਕੀ ਕਹਿੰਦੀ ਹੈ ਤੇਰੀ ਪੱਖਰ? ਪੱਖਰ ਨੇ ਕੀ ਕਹਿਣਾ, ਪੱਖਰ ਪੂਰੀ ਕਾਇਮ ਹੈ। ਸਾਲਿਆ ਤੜਕਾ ਤੁੜਕਾ ਵੀ ਲਾਇਆ ਹੈ ਕਿ ਸੁੱਕੀ ਡਕਾਰ ਮਾਰੀ ਜਾਂਦਾ। ਤੜਕਾ ਲਾਉਣ ਨੂੰ ਸਾਲਿਆ ਉੱਥੇ ਟੇਵਾ ਪੜਨਾ। ਕੁੱਤਿਆ ਜੱਟਾ, ਦਿਖਾ ਦੀ ਨਾ ਆਪਣੀ ਔਕਾਤ। मैं ठीक हूँ, बिल्कुल ठीक। तो तुसी पीएचडी कर की दी तर रहे हो? पंजाब दे जिन्ने भी किस्से ने, हीर रांझा, सस्सी पुन्नू ते जेड़ियां उन्हां दियां नायिकावां ने, वो किस मिट्टी दियां बणियां होईयां सी ते अज दे समें च वो साडे सिर की जिम्मेवारियां पाउंदियां ने, मैं इहदे ते खोज कर रहा। देखो असी हीर, सस्सी, साहिबा, सोनी इन्हां दे किस्से गाउण दे बड़े शौकी हैं पर डरते हैं किते साडे घर ना जम पैण। इन्हां पहाड़ियां च अपनी कोई दिलचस्पी नहीं। अपना तो मसला इन्ना भी इन्हां बीबियां दी बेरहम हारां नूं अज असी शानदार जित्तां च बदल सकदे हैं कि नहीं? इन्नियां औखियां गल्लां क्यों करदे हो? नौकरी जमा ही नहीं मिलनी। इह धमकी मैनूं कई बार मिल चुकी है। देखो जिंदगी जीउण लई दो चीज़ां दी लोड़ है, एक कारण ते दूजे साधन, ते इस सवाल ही मेरे लिए कारण ने। ठीक है फिर, हुण तो बाद तेनू पौड़ियां चढ़ के किताबां लियाउण दी कोई लोड़ नहीं, मेरियां लत्तां साधन बन सकदियां ने। ओ शमीर, की हाल है? बेअंत, हाय। बेअंत, थोड़ियां किताबां ले लईआं और मैं तुहानूं दे दिंदा।
विच वस गए कित दूर ना हो जीवे तू साहा दे विच वस गए कित दूर ना हो जीवे मिलिया नहीं फिर थोड़ा यार उदना छोटू आ चक ओ पहला चरदा बुल्ला नु लाउंदा फिर सुखा स्टीयरिंग नु हाथ पाउंदा और भाई की हाल है और भाई की हाल है बा वधिया अच्छा ए सिकंदर है ए बल्ला बिंबड़ा ए पिंदा फैंसी है भाई हुणे पिंदा फैंसी नहीं पिंदा गेलना है पहला ता ए लाउंदा हुंदा सी फैंसी दी शीशी हुण पट्टू 10 लीटर वाला गेलनी भरा लाउंदा नाले कमिश्नर दा टाइम बचदा ते नाले एदा अच्छा चंगी टा ग्लूटा यार तेरे ता है थैंक यू भाई जी ए बिट्टू बोतल है दारू दी बोतल पट्टू नाल ही रखदा ए सुखा नजारा पुत जटा ने देखी ओ च जगीरा बोलदा ना कौन सुखा ओ नचार जा ए ओही है ओ भाई यार क्यों बेइज्जती करदा है और फिर पटियाला की हाल है तेरी कालज वाली दा ओ ए ता नेरी लिद ते मर गया भाई ਸਲੀਆਂ ਲੱਗਦੀਆਂ ਜਿਵੇਂ ਖਸਰਾ ਠੀਕ ਕਰਾਇਆ ਹੁੰਦਾ ਚਲੋ ਠੀਕ ਹੈ ਮਿਲਦੇ ਆ ਫਿਰ ਚੰਗਾ ਬਾਈ ਆ ਹੁਣ ਦੇਖੀ ਨਿਸ਼ਾਨੇ ਤੇ ਲੱਗਦਾ ਚਲ ਇੱਕ ਸਕਿੰਟ ਸਾਡੇ ਵਾਲੇ ਇੱਥੇ ਖੜੀ ਕੀ ਹੋਇਆ ਨਹੀਂ ਤੂੰ ਸਾਡੇ ਵਾਲਾ ਕਿਹਾ ਨਾ ਕੋਈ ਯਾਦ ਹੈ ਮੇਰਾ ਬਾਈ ਕਹਿੰਦਾ ਹੁੰਦਾ ਸੀ ਅਤਵਾ ਚ ਮਾਰਿਆ ਗਿਆ ਦੇਖੀ ਬਾਈ ਓਏ ਜਿੱਤੇ ਆ ਕੇ ਖੜ ਮਾਉਣ ਬਾਈ ਮੇਰਾ ਉਹ ਲਾ ਲਓ ਜ਼ੋਰ ਜਿਹੜਾ ਲੱਗਦਾ ਕਦੇ ਕਦੇ ਜ਼ੋਰ ਵੀ ਲਾ ਲੈਣਾ ਚਾਹੀਦਾ ਬਾਈ ਬਾਈ ਸਿਕੰਦਰ ਹੈ ਮੇਰੇ ਪਿੰਡਾਂ ਦਾ ਹੀ ਹੈ ਬੰਦਾ ਕੰਮ ਦਾ ਬੁਲਾ ਕੰਦਰ ਫਤਿਹ ਸਿਕੰਦਰ ਚਲੋ ਥੱਲੇ ਚੱਲਦੇ ਤੇਰੇ ਵਾਲੀ ਤਾਂ ਗਈ ਓਏ ਬਾਈ ਕੁੱਤਾ ਭੌਂਕਦਾ ਇੱਥੇ ਚੱਟ ਲੈ ਵੱਡਾ ਭੱਪੀ ਲੈ ਰਹੀ ਤੇਰੀ ਭੈਣ ਕਦੀ ਪ੍ਰਿਆਣੇ ਦੀ ਭੈਣ ਤੇ
ਬਈ ਤੁੰਤਨੀ ਬਾਦਕ ਟੁੱਟ ਗਈਆਂ ਤਾਰਾਂ ਟਿਉਂ 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 ਬਈ ਇਹ ਤਾਂ ਨਹੀਂ ਰਿਹਾ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਲਾਗਾ ਚੁਨਰੀ ਮੇ ਦਾਗ ਛੁਪਾਉਂ ਕੈਸੇ ਘਰ ਜਾਉਂ ਕੈਸੇ ਨਦੀ ਵਾਲੇ ਪਾਸੇ ਦੇਖ ਜਾ ਕੇ ਕੀ ਹੋਇਆ? ਸ਼ਿਕਾਰ ਉੱਡ ਗਿਆ ਬਾਈ, ਬਹੁਤੀ ਦੂਰ ਨਹੀਂ ਗਏ। ਆਓ ਸਾਲੇ, ਬਣਤਾ ਡਰ ਗਿਆ ਹੈ ਨਾ ਓਏ ਬੂਥਾ ਦੇਖ ਸਾਲਿਆ, ਕਿਵੇਂ ਪਲੇਹਾਟ ਮੱਜਦੀ ਲਿਓਟੀ ਵਰਗਾ ਕਰਿਆ। ਚੋਰ ਦਾ ਧਿਆਨ ਰੱਖੀ। ਕਿਉਂ ਫਿਰ ਢਿੱਲੋ ਕਰੀਏ ਫਿਰ ਤੇਰੀ ਢਿੱਲੀ ਨਿੱਕਰ? ਪ੍ਰਸੰਗ ਸਹਿਤ ਵਿਆਖਿਆ ਕਰਨੀ ਜ਼ਰੂਰੀ ਆ। ਉਹ ਇਹ ਕਿੱਥੇ ਮਿਲ ਗਿਆ ਤੁਹਾਨੂੰ? ਸਿਕੰਦਰ ਹੈ ਯਾਰਾਂ ਦਾ ਯਾਰ, ਦਿਲ ਵਾਲਾ ਦਿਲਦਾਰ। ਸਿਕੰਦਰ ਹੈ ਯਾਰਾਂ ਦਾ ਯਾਰ, ਦਿਲ ਵਾਲਾ ਦਿਲਦਾਰ। ਯਾਰਾਂ ਦਾ ਯਾਰ ਸਿਕੰਦਰ, ਸੱਚੀ ਦਿਲਦਾਰ ਸਿਕੰਦਰ। ਯਾਰਾਂ ਦਾ ਯਾਰ ਸਿਕੰਦਰ, ਸੱਚੀ ਦਿਲਦਾਰ ਸਿਕੰਦਰ।
सिकंदर है याना दा यार, दिल वाला दिलदार। सिकंदर है याना दा यार, दिल वाला दिलदार। यारा दा यार सिकंदर, सच्ची दिलदार सिकंदर। भाई आपा की पट लिया उन्हों का, अपना बाई मार के रखता मेरे सालिया ने। क्यों बुकी जाना फिर मर्जी हूँ कि सालिया जनात दद लगिया ने। शोर जान दे साले नू कितने नहीं मरन लगे। इन्ना चिर हो गया कदे दा साला बिल चो बाहर आऊगा। मारना जरूरी नहीं, खत्म करना जरूरी है। ओनू ते उहदे पूरे ग्रुप नू। मतलब देख रजांगुण यूनिवर्सिटी नहीं वड़ सकता। यही मौका है जदों असीं सारे ग्रुपां ते अपनी सत्ता कायम कर सकते हैं। किवें? प्यार नाल, गोली नाल, जिवें सामने वाला चाहे। की है फिर यूनिवर्सिटी इलेक्शन 2 महीने बाद में। तू खड़ा हो, तेजवीर पंगा पाऊगा। ये ठीक नहीं है लाले, तू किवें खड़ा करता उन्हूं? देख यार तू हो सकता है, मैं हो सकता, उस भड़ुए सिकंदर का की अक बनता है। मैं जानता तू मैनू बड़ा पसंद नहीं करता ते ना सिकंदर नू, पर ग्रुप साढ़े नाल है। सोच ले अगली बार तू हो सकता है। यूथ नूं आजादी के नाते ते विरासत के नाते दिता की गया। फीस माफ़ी दी अर्जियां, SCBC दे सर्टिफिकेट, पास होने दे शॉर्टकट, गैडा पॉकटां कुंजियां, AK-47 SLR, कदे सानू अतवादी कह के मारिया, कदे फौजी कह के। ये समाज जो सानू निशई निकम्मे वेलर ते कमचोर कहिंदा, जो सिर्फ बाहर जाण जोगे ने। मैं कहना अज असीं जिथे भी हाँ सानू इस समाज ने पहुँचाया, इस सिस्टम ने पहुँचाया। ਅੱਜ ਅਸੀਂ ਉਸ ਮਿੱਟੀ ਦੇ ਖੜ ਕੇ ਐਲਾਨ ਕਰਦੇ ਹਾਂ ਸਾਨੂੰ ਸੱਤਾ ਚਾਹੀਦੀ ਹੈ, ਸਾਨੂੰ ਤਾਕਤ ਚਾਹੀਦੀ ਹੈ, ਭਾਵੇਂ ਕਿਸੇ ਵੀ ਕੀਮਤ ਤੇ, ਕਿਸੇ ਵੀ ਹਾਲਤ। RSU ਜ਼ਿੰਦਾਬਾਦ। ਸਭ ਸਾਲਾ ਫਰਾਡ ਮੈਂ ਔਰ ਉਹ ਮੈਦਾਨ ਚ ਨਹੀਂ, ਅਸੀਂ ਵੀ ਹੋ ਸਕਦੇ ਹਾਂ। ਹੋ ਸਕਣ ਤੇ ਹੋਣ ਚ ਬਹੁਤ ਫਰਕ ਹੈ। ਮਤਲਬ ਚੋਣਾ ਕਿਸੇ ਸਮੱਸਿਆ ਦਾ ਹੱਲ ਨਹੀਂ। ਘੱਟੋ ਘੱਟ ਯੂਨੀਵਰਸਿਟੀ ਦਾ ਟਰਾਈ ਕੀਤਾ ਜਾ ਸਕਦਾ ਹੈ। ਇਹ ਤਾਂ AK-56 ਆ ਬਾਈ, ਗੱਲਾਂ ਤਾਂ ਬੈਠ ਕਦੀ ਛੜ ਅਰਗੀਆਂ ਕਰਦਾ। ਦੇਖਿਆ ਫਿਰ ਯਾਰਾਂ ਦੀ ਅੱਖ ਹਿੱਲ ਅਰਗੀ ਹੈ, ਬੰਦਾ ਤਾਂ ਆਪਾਂ ਹੀ ਪਛਾਣਿਆ। ਇਹ ਗੱਲ ਤਾਂ ਹੈ ਬਾਈ, ਮੈਨੂੰ ਵੀ ਤਾਂ ਤੂੰ ਹੀ ਪਛਾਣਿਆ ਸੀ। ਨਹੀਂ ਬਾਈ ਮੈਂ ਆਪ ਹੀ ਆ ਗਿਆ ਸੀ। ਚਲੋ
ਕਮਲਾ ਹੋ ਗਿਆ ਕੋਈ ਲੜ ਲੜ ਕਮਲਾ ਹੋ ਗਿਆ ਕੋਈ ਪੜ ਪੜ ਕਮਲਾ ਹੋ ਗਿਆ ਕੋਈ ਲੜ ਲੜ ਕਮਲਾ ਹੋ ਗਿਆ ਸਾਡੀ ਇਹੀ ਦੌੜ ਯਾਰੋ ਇਹੀ ਪੜਾਈਆ ਯਾਰੀ ਤੇ ਸਰਦਾਰੀ ਲਈ ਆਪਣੀ ਲੜਾਈਆ ਯਾਰੀ ਤੇ ਸਰਦਾਰੀ ਲਈ ਆਪਣੀ ਲੜਾਈਆ ਛੋਟੇ ਪਿੰਡਾਂ ਸ਼ਹਿਰਾਂ ਦੇ ਦਿਲ ਵੱਡੇ ਰੱਖਦੇ ਆ ਸਾਥ ਦੇ ਕੇ ਵੇਖੋ ਕਿੱਦਾਂ ਫੱਟੇ ਚੱਕਦੇ ਆ ਛੋਟੇ ਪਿੰਡਾਂ ਸ਼ਹਿਰਾਂ ਦੇ ਦਿਲ ਵੱਡੇ ਰੱਖਦੇ ਆ ਸਾਥ ਦੇ ਕੇ ਵੇਖੋ ਕਿੱਦਾਂ ਫੱਟੇ ਚੱਕਦੇ ਆ ਅਸੀਂ ਤੇ ਨਿਗਾਹ ਮੰਦਿਰ ਤੇ ਟਿਕਾਈਆ ਯਾਰੀ ਤੇ ਸਰਦਾਰੀ ਲਈ ਆਪਣੀ ਲੜਾਈਆ ਯਾਰੀ ਤੇ ਸਰਦਾਰੀ ਲਈ ਆਪਣੀ ਲੜਾਈਆ ਤੁਹਾਡੇ ਮਸਲੇ ਹੱਲ ਕਰਾਏ ਨੇ ਔਰ ਇੱਕ ਦੇ ਜ਼ੋਰ ਨਾਲ ਕਰਾਏ ਨੇ ਆ ਜਿਹੜੀ ਬਣ ਬਣ ਦੀ ਲੱਕੜ ਇਕੱਠੀ ਹੋ ਕੇ ਆਈ ਹੈ ਤੇ ਬਾਥੜ ਬਾਥੜ ਕੇ ਬੋਲਦੇ ਨੇ ਇਹ ਸਾਰੀ ਲਗੌੜ ਨੂੰ ਇਸ ਗੱਲ ਦਾ ਭੁਲੇਖਾ ਦੋਸਤੋ ਵੀ ਇਹ ਸ਼ੇਰ ਦਾ ਖੁਰਾ ਨੱਪਣਗੇ ਭੁੱਲ ਜੋ ਇਹ ਨਹੀਂ ਹੋਣਾ ਉਹ ਧੁੰਦ ਦੇ ਬੱਦਲਾਂ ਚੋਂ ਮੀਂਹ ਨਹੀਂ ਮਿਲਦਾ ਭੁੱਲਿਓ ਸਾਡੇ ਵਾਲੇ ਸਾਰੇ ਹੁਣ ਇਕੱਠੇ ਰਹਿੰਦੇ ਆ ਜੋ ਕਿਸੇ ਦੇ ਦਿਲ ਵਿੱਚ ਆ ਜੇ ਮੂੰਹ ਤੇ ਕਹਿੰਦੇ ਆ ਸਾਡੇ ਵਾਲੇ ਸਾਰੇ ਹੁਣ ਇਕੱਠੇ ਰਹਿੰਦੇ ਆ ਜੋ ਕਿਸੇ ਦੇ ਦਿਲ ਵਿੱਚ ਆ ਜੇ ਮੂੰਹ ਤੇ ਕਹਿੰਦੇ ਆ ਮੰਨੇ ਰੱਬ ਮੰਨੇ ਸਾਡੀ ਫੁੱਲ ਚੜਾਈਆ ਯਾਰੀ ਤੇ ਸਰਦਾਰੀ ਲਈ ਆਪਣੀ ਲੜਾਈਆ ਯਾਰੀ ਤੇ ਸਰਦਾਰੀ ਲਈ ਆਪਣੀ ਲੜਾਈਆ ਸਰਦਾਰੀ ਲਈ ਆਪਣੀ ਲੜਾਈਆ ਯਾਰੀ ਤੇ ਸਰਦਾਰੀ ਲਈ ਆਪਣੀ ਲੜਾਈਆ ਇਹਨਾਂ ਦੇ ਨਾਲ ਚਾਹੇ ਸੂਬੇ ਦੀ ਸਰਕਾਰ ਹੋਵੇ ਚਾਹੇ ਓਬਾਮੇ ਦੀ ਸਰਕਾਰ ਇਹ ਨਹੀਂ ਜਿੱਤਦੇ ਇਹ ਨਹੀਂ ਜਿੱਤਣੇ ਚਾਹੀਦੇ ਗੋਲੀ ਦਾ ਨਹੀਂ ਡਰ ਨਾ ਹੀ ਤਲਵਾਰ ਦਾ ਉਹਦੇ ਅੱਗੇ ਬਸ ਸਾਡਾ ਦਿਲ ਹਾਰਦਾ ਗੋਲੀ ਦਾ ਨੀ ਡਰ ਨਾ ਹੀ ਤਲਵਾਰ ਦਾ ਉਹਦੇ ਅੱਗੇ ਬਸ ਸਾਡਾ ਦਿਲ ਹਾਰਦਾ ਸੂਰਤ ਯਾਰਾਂ ਨੇ ਜਿਹੜੀ ਦਿਲ ਚ ਵਸਾਈਆ ਯਾਰੀ ਤੇ ਸਰਦਾਰੀ ਲਈ ਆਪਣੀ ਲੜਾਈਆ ਯਾਰੀ ਤੇ ਸਰਦਾਰੀ ਲਈ ਆਪਣੀ ਲੜਾਈਆ ਯਾਰੀ ਤੇ ਸਰਦਾਰੀ ਲਈ ਆਪਣੀ ਲੜਾਈਆ ਬਜਾ ਪੰਟੋ ਉਹ ਹੋਰ ਫਿਰ ਮਾਨਸਾ ਵਾਲਿਆ ਜਿੱਤੇਗਾ ਫਿਰ ਤੂੰ ਹੈ ਓਏ ਉਹ ਜੇ ਜਿੱਤ ਗਿਆ ਨਾ ਖਾੜਾ ਮੈਥੋਂ ਲਵਾ ਲਈ ਮੈਂ ਤਾਂ ਜਮਾਂਦਰੂ ਸੁਰੀ ਲੈ ਦਾ ਘੋੜਿਆਂ ਤੇ ਲੱਗਦੇ ਤਾਂ ਦੇਖੇ ਸੀ ਪੰਡਤਾ ਆ ਲਾਲੇ ਹੁਣੇ ਸਾਰੇ ਟੱਟੂਆਂ ਤੇ ਲਾਈ ਜਾਂਦੇ ਆ ਯਾਰ ਚੋਣਾਂ 'ਚ ਤਾਂ ਤੇਰਾ ਵਹਿਮ ਹੀ ਕੱਢਣਾ ਹੈ ਉਹ ਤੋਂ ਬਾਅਦ ਤੂੰ ਅਰਬੀ ਨਸਲ ਦਾ ਘੋੜਾ ਹੋਵੇਂ ਜਾਂ ਨਾ ਹੋ ਪਰ ਭਜਾਵਾਂਗੇ ਉਹਨਾਂ ਹੀ ਆਪ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਨਸ਼ੇ ਦੇ ਚੱਕਰ 'ਚ ਕਿਸੇ ਸਾਲੇ ਕੰਜਰ ਨੂੰ ਵੋਟ ਨਹੀਂ ਪਾਉਣੀ ਉਹ ਹਰਜੰਗ ਹੈ ਕਿ ਚਿੱਬੇ ਜੇ ਮੂੰਹ ਵਾਲਾ ਚਿੱਬੋ ਦੇ ਆਪਦੇ ਲੋਟ ਨਹੀਂ ਆਉਂਦੇ ਅਤੇ ਤੁਹਾਡਾ ਫਾਇਦਾ ਕੀ ਕਰ ਦੂਗਾ ਉਹ ਇੱਕ ਦਿਨ ਤਾਂ ਮੈਂ ਆਪਣੀ ਫੈਂਸੀ 'ਚੋਂ 20 ਰੁਪਈਏ ਕੱਢ ਕੇ ਉਹਦੇ ਗਰੁੱਪ ਦੇ ਇੱਕ ਬੰਦੇ ਨੂੰ ਪੈਸੇ ਦਿੱਤੇ ਤੇ ਮੈਂ ਕਿਹਾ ਜਾਓ ਆਪਣੇ ਲੀਡਰ ਦੇ ਚੈੱਬ ਕਢਾ ਲਓ
पर चैब वाला भी कहिंदा 20 रुपया च ते चैब नहीं निकलने। तुसीं देखो जिहड़े ग्रुप की फाइनैंशियल हालत इन्नी माड़ी है वह लीडर दे चैब नहीं कढ़ा सके, वह थोड़ा फायदा की कर देणगे। तुसीं पिंदे नूं वोट पाओ, मैं थोड़े नाल वादा करदा थोड़ी होस्टल की टूटी च पानी आवे ना आवे फैंसी जरूर आऊगी। ये तो भाई जी बस एक छोटी जी रिहर्सल जी सी भाई, मैं चलता। गल सुन साला फैंसी घट पिया कर, सुरत नहीं रही तेनू। भाई जी सुरत जी तो मैं याद आया ना, फैंसी पीते बिना मैं सुरत जी नहीं आती, एक पिया वा। भाजा साला रखड़े ना खाली तू मेरे तो। जिम मसला विचो चके ओ अंग मोड़न पैन कड़ाके कदे गल तक डक लैंदे ने ओ कदे दिन भर कटदे फाके राती खांदे चिकन फराई ओ राती खांदे चिकन फराई तड़के चबदे छोले हाय ना मुंडिया दा हाँ देसी मुंडिया दा हाँ पिंड दिया मुंडिया दा चंडीगढ़ हुटर बोले पिंड दिया मुंडिया दा चंडीगढ़ हुटर बोले हाँ देसी मुंडिया दा चंडीगढ़ हुटर बोले पिंड दिया मुंडिया दा। पंडता अपने हुंदिया जित के में गया यारे पाला पाला भंगड़ा नचला दे प्यो दे दिया च साला कद्दू जा पर ना मॉडलिंग में तेरी कोई नहीं पढ़ता नेक्स्ट टाइम अख मीट के लो निशाना बिन पूछे दस देन टिकाना वाला उत्ते चमकड़ जला खाके नागणी पौंदे पहला अख मीट ਸ਼ਾਨਾ ਬਿਨ ਪੁੱਛੇ ਦੱਸ ਦੇਣ ਟਿਕਾਣਾ ਬਾਲਾ ਉੱਤੇ ਚਮਕਣ ਜਲਾ ਆ ਕੇ ਨਾਗਣੀ ਪਾਉਂਦੇ ਪਹਿਲਾਂ ਕਦੇ ਬਣਦੇ ਲੱਕੀ ਕਬੂਤਰ ਕਦੇ ਬਣਦੇ ਗੋਲੇ ਜੰਗ ਦੇ ਗਰੁੱਪ ਦਾ ਯੂਨੀਵਰਸਿਟੀ ਚੋਂ ਲਗਭਗ ਸਫਾਇਆ ਹੋ ਗਿਆ। ਭਾਈ ਭਾਈ ਇੱਕ ਇੱਕ ਹੋਰ ਮਾਰਦੇ ਆ ਦੇ ਐ ਨਾ ਮਾਰੋ ਯਾਰ ਬਿੱਲੀ ਆ ਮੇਰਾ ਸੌ ਟਾਂਡੀ ਦੀ ਬਾਈ ਪੜਦਾ ਰਿਹਾ ਮੇਰੇ ਨਾਲ ਓਏ ਪੰਡਤਾ ਕਿਉਂ ਚਮਕ ਟਾਉਣਾ ਸਾਊ ਬਿੱਲਾ ਬਣ ਤੇ ਜੰਗੀ ਦਾ ਪਤਾ ਦੱਸ ਦੇ ਸ਼ਾਬਾਸ਼ ਬਾਹਮਾ ਨਾ ਜਾਣੀ ਵੀ ਖੀਰ ਖਾ ਕੇ ਪਤਾ ਦੱਸ ਤੂੰ ਡਾਇਲੋਗ ਮਾਰਦਾ ਓਏ ਇੱਥੇ ਮਾਰੋਗੇ ਕਿ ਬਾਹਰ ਲੈ ਜਾ ਕੇ ਛੱਡ ਦੋ ਇਹਨੂੰ ਓ ਹੈਲੋ ਸਿਕੰਦਰ ਦੀ ਗ੍ਰੇਟ ਨਾ ਤੂੰ ਉਹ ਸਿਕੰਦਰ ਹੈ ਤੇ ਨਾ ਇਹ ਪੋਰਸ ਹੈ ਇਹ ਪੰਡਿਤ ਹੈ ਪੰਡਿਤ ਦੋ ਚਾਰ ਦੁਸ਼ਮਣ ਹੋਣੇ ਵੀ ਚਾਹੀਦੇ ਹੈ ਬੰਦਾ ਔਕਾਤ 'ਚ ਰਹਿੰਦਾ ਗਰੁੱਪ ਦੀ ਨਜ਼ਰ ਪ੍ਰੈਜ਼ੀਡੈਂਟ ਇਲੈਕਸ਼ਨ ਤੋਂ ਕਿਤੇ ਅੱਗੇ ਸੀ ਹੁਣ ਗਰੁੱਪ ਨੇ ਪੂਰੇ ਜਥੇਬੰਦ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਲਈ ਨਾ ਮੌਕਿਆਂ ਦੀ ਘਾਟ ਸੀ ਅਤੇ ਨਾ ਥਾਵਾਂ ਸ਼ੁਰੂਆਤੀ ਦੌਰ 'ਚ ਸਾਈਕਲ ਸਟੈਂਡ ਦੇ ਮਾਮੂਲੀ ਕਬਜ਼ਿਆਂ ਤੋਂ ਲੈ ਕੇ ਦਰਿਆਵਾਂ ਤੱਕ ਕਬਜ਼ੇ ਕਰਨ ਦੀ ਮੁਹਿੰਮ 'ਚ ਮੁੰਡਿਆਂ ਨੇ ਡੌਲਿਆਂ ਦਾ ਚੰਗਾ ਜ਼ੋਰ ਦਿਖਾਇਆ ਪੈਸਾ ਹਥਿਆਰ ਹਰ ਚੀਜ਼ ਨੂੰ ਵਰਤਿਆ ਗਿਆ ਮਕਸਦ ਸਿਰਫ ਇੱਕੋ ਸੀ ਸੱਤਾ ਗਰੁੱਪ ਨੂੰ ਨਾ ਹਮਦਰਦਾਂ ਦੀ ਘਾਟ ਸੀ ਅਤੇ ਨਾ ਨਵੇਂ ਰੰਗ ਰੂਟਾਂ ਦੀ ਉਹਨਾਂ ਨੇ ਆਪਣੀਆਂ ਜ਼ਹਿਰੀਲੀਆਂ ਜੜ੍ਹਾਂ ਹਰ ਥਾਂ ਫੈਲਾਈਆਂ ਗਰੁੱਪ ਨੇ ਆਪਣੀ ਸਿਆਸੀ ਪਾਰਟੀ ਨੂੰ ਖੁਸ਼ ਕਰਨ ਦਾ ਹਰ ਹੀਲਾ ਵਰਤਿਆ ਅਤੇ ਪੰਚਾਇਤੀ ਚੋਣਾਂ 'ਚ ਪਾਰਟੀ ਦੀ ਡਟ ਕੇ ਸੇਵਾ ਕੀਤੀ ਚਾਹ ਦੇ
एडे भी ओपरे नहीं हुई भी गल ना कर सकी। ओपरे तो असी सीगे चीनी पाती ताहे एक दूजे का किरदार नहीं समझ सके। देख सिकंदर, ये प्यार नहीं तेरी जिद है। साडा रिश्ता मर चुका है ते लाश नूं मोढ़िआं ते रखी नहीं घूमी दा। क्लैरिटी रख अपनी, उहदी खास कमी है तेरे च। नाले जिहनूं तू तरक्की कहना है ना, सकिंटां च अगले औकात दिखा देणगे थोड़ी। पर मैं किवें भुल्लां तैनूं? ये तैं सोचना है। मोहब्बतां दे राहे सानू तोर चलिए, मोहब्बतां दे राहे सानू तोर चलिए, मुख का तो लिया साथों मोड़ चलिए, मुख का तो लिया साथों मोड़ चलिए। बस दीना गल नी जात भुल जान दा भी दस देंदी वलनी, तैनू भुल जाना साडे बस दीना गल नी जात भुल जान दा भी दस देंदी वलनी, नेड़े आके होगी कुछ होर चलिए, नेड़े आके होगी कुछ होर चलिए, मुख का तो ले आ साथों मोड़ चलिए, मुख का तो ले आ साथों मोड़ चलिए। साडल तू बड़ा प्यार करदा ना उन्हूं भाई, ओह तां कुट के मनाउण वाली जड़ी भी नहीं, ओहदी धौण च ना बड़ा वड्डा किला भाई। सॉरी टुट जू पर मचदी नहीं। साडल गल कहां होए ना लीडरां लूडरां दी, तां पर सच्ची गल हो रहा बई, आपां भी उदों तक ही हाँ जदों तक अपने हाथ च पावर है। जे पावर गई ना उन्हीं अपने नाल भी हर जंग वाली हुआ। मेरी एक गल याद रखी बई, आपां हुण पिछे नहीं मुड़ सकते। बेअंत कहिंदी हुंदी सी मैनूं साडे वाले, तेलू राम दी हट्टी दा चढ़दा जोड़ा विच बह गया सुखे दे। ओ बिट्टू आ फट छेती कर, तितर हो जा छेती कर। हाले आ की फड़ाई जाना गंद जिया, देख ला पुत किते जरदा मलदा मलदा आप ना मलिया जाई। ओ तू बग जा सड़ा होया, तू कोठी आ तेनू मैं दसदा, तू वड्डा डीसी लग्या होए। मैं बोतल मारू सले दे सिर च। मेरे छेती जा जीती जा। ਹੋਰ ਬਈ ਚਿੰਕੀ ਪਿੰਕੀ ਕੀ ਹਾਲ ਹੈ, ਕਦੇ ਸਾਡੇ ਨਾਲ ਵੀ ਕਰ ਲਿਆ ਕਰ ਗੱਲਬਾਤ। ਆਏ ਓ ਸੁਖਿਆ ਚਲੇ ਗਈ ਓਏ। ਅਮਰ ਇਹ ਕਬ ਚਾ ਲੈ ਗਈ ਓਏ ਕੁੜੀ, ਕੋਈ ਫਾਤੀ ਨਹੀਂ ਵੀਜ਼ਾ ਲੱਗਦਾ, ਪਤਾ ਨਹੀਂ ਸੁਖਿਆ ਤੇਰਾ ਯਾਰ ਕੀ ਬਣੂਗਾ।
की तकलीफ है? मैं ता प्रैक्टिस करता सी। वो मैं जान दी है। कुड़िया नू चिंकियां पिंकियां कह के बड़ा स्वाद आउंदा है ना थनू? तू है की होए? माफी मंग। एड्डे माड़े दिन भी नहीं आए हले जट दे भुल जा। इहदा की मतलब है? ये तो साली ओह गल हुई भी कल की भूतनी तो सिव्या चद 15 साल भाई साहब 15 साल हो गए सानू इस शहर दे विच केबल का काम करदिआं नू ते तुसी आह ढाई टोटरू उठ के कहने कि सारे शहर की केबल असी तुहानू थाली च परोस के दे दिए सीधा सीधा क्यों नहीं कहते कि कब्जा करना मर लिया कर इधर आओ सारे गल सुनो एक बंदा है दिखाओ ए हो यार शकुन उस तरफ बंदे लगता यो यो इन्हों की हुआ हुए भाई इन्हें ना फिल्म देख ली मिर्जा द अनटोल्ड स्टोरी 2012 भाई बट तू बंदा मुंडा नहीं मारे यारा मारना नहीं हैगा सिर्फ लत्तां तोड़नियां लत्तां मतलब लत्तां तोड़नियां हाँ जी मालको सेवा पानी च कोई कमी तो नहीं रही साले मालक नहीं बोलते तुसी तो दस दो मुक्तसर वल दे एक अद्धे तगड़े तो मैं भी जाना भाई मेरी गल तो सुन लो यार वो टाइम गया देख बीबा तू मेरे भैणा वर्गी है
जे तू सानू कोऑपरेट नहीं करेंगी फिर असी उन्होंने फड़ांगे किवें? वो काके ने वड्डे घरां दे काके तुसी सिर्फ फड़न दा ड्रामा कर सकदे हो। हाँ इस तरह ड्रामा कर दे ते तुसी कर रहे हैं थोनू नहीं पता उन्हां सारे मुंडिया की हालत की किसी ने इन्ना तो पता ही होना कि नहीं देख बीबा जो इनफॉरमेशन तेरे कोल है वो तू सानू दे दे साढ़े ते उपरों बहुत प्रेशर है ते नौकरी सबनों प्यारी हुंदी है मारे ने ना इनाम लेना है भाई वो केबल वाला सी ना मार्केट च है की करिए भंगड़ा पा लो जद जी किया जिन्हों मर्जी गोली मारती बुढ़े वाला राज समझा सालिया ने गाल ना कट बई की कर लेंगा फिर तू सिकंदर बई गल कुछ नहीं है एक मिनट ला ले बोलन दे इनू पता सी एम साहब किन्ने औखे ने थोड़े ते मैं मानता गलती मेरी है पर गाल नहीं सिकंदर मेरे मैं तेरे मूहरे हथ जोड़ता मैं गल करता है तू तू जा मेरा वीर
तू मेरे छोटे भाइयों वर्गा, पर यह बंदा जमा ही भरोसे वाला। तू फिक्र ना कर भाई, मैं समझाऊंगा इनू। देख अपना एक सौदा होया, तुसी साडी गल मन्नोगे ते असी थोड़े लिए जो हो सकिया करांगे। तुसी सानू अखां दिखाओगे, असी थोड़ियां अखां कढ़ देंगे। इहदे च तेरा सिकंदर की करदा है, तू की करना है, यह तू सोचना है। पट्टुआ आ बटन बुटन ला के रखिया करो, है ठंड ठुंड लग जाती है। चल मेरा शेर बगा। लाले शोर का कुछ करो यार, वो तो कंजर का बाली नशे कर लग गया। उन्हें आई साले ने मर मर जाना तो गल पै जाना अपने। ये तो एवं बोली जाता बई, नाले दे च गल पैन वाली कि गल। आता जदों का फतेह बई मरिया वह झोरा ला गया दिल्लू बई। ऊ मतलब अपने चंगे नहीं लगते उन्होंने छड़ के भजिए। यह जहाँ कुछ नहीं हो, सरसरी गल की सी। मैं गल की सी, मैं दसदा बई तेनू। कल छोर दे घर दे आए से उन्होंने लैन, वो नहीं बई जाता ना। धक्के घर किमें छे आईए। करिए यार, जे इत्थे रहा तो साला सच्ची मर जू कि नहीं साडे वाले। जे सोच ही लिया फिर पुछण दी की लोड़ है। पीएचडी का काम आपा पूरा कर लिया, कल प्रेजेंटेशन है 11 बजे। आने लई तेरे कोल साधना की कमी नहीं ते कारण मैं दे रहा। प्रेजेंटेशन तेरे आने नाल ही शुरू होनी है, याद रखें। शमीर बहुत टाइम हो गया, आप शुरू करिए, वो आ जाएंगे। पाँच मिनट देख लो, नहीं तो कैंसिल कर दो। शमीर दोस्तों, मैं देरी लिए माफी मंगदा, पर कहंदे ने भी कोई भी कम संगत तो बिना मुकम्मल नहीं होंदा। एक खोज भावें मेरे ही ना बजनी है, पर ये सिर्फ मेरी नहीं। दोस्तों असी पंजाबी किस्सियां नूं पूरे माण ते जोश नाल चेते करते हैं। ये जिहड़े किस्से ने ये बीते समय दीआं बातां नहीं, इन्हां दा साडी जिंदगी दे नाल डूंगा रिश्ता है। सवाल पुछना बनता है कि थणा विच झुलसदी सस्सी दा ते चनाब विच डुबदी सोहणी दा अज कुख विच कतल हो रही कुड़ियां नाल की रिश्ता है। मसला यह है कि सस्सी सोहणी साहिबा
हीर ते लैला, असी इन्हां नाल सिर्फ मशूक वाला रिश्ता रखना है जां फिर अज दे समें दे मुताबिक कोई जिम्मेवारी वाला रिश्ता तय करना है। असी इन्हां नूं दूजियां दीआं कुड़ियां समझिया है जो सिर्फ भोगण वास्ते ने, कदे बराबर दे मनुख नहीं समझे। चलो भैणां नहीं मन्नदे, समकाली मान लैंदे आ, दोस्त मान लैंदे आ, साडा समाज सस्सी दी थलां दे खिलाफ ते सोहणी दी शूक दे दरिया दे खिलाफ लड़ाई च हिस्सा नहीं बणिया, पर हुण असीं इन्हां थलां ते इन्हां दरियावां दी नवें सिरों शिनाख्त कर सकदे हां। ते इन्हां च घिरियां बीबियां दी लड़ाई सिर्फ उन्हां दी लड़ाई नहीं, ये साडी मनुख वजों ते समाज वजों साझी लड़ाई है। ये असी दर्शक नहीं हो सकते। जिदण असी इन्हां बीबियां नूं मनुख दे तौर ते, रिश्तियां दे तौर ते, इन्हां दे रीझां दे हवाले नाल समझांगे, उदण सानूं अपनी जिंदगी दी गुंझल भी समझ आ जूगी। जे असी इन्हां पचीदियां दे नाल सहज हो के जीना सिख लिया ते जिहड़ा हीर होण दा अहसास है साडी शाहरख चो बकूगा, फिर उहनूं बाहर लभण दी लोड़ नहीं। चोर मर गया भाई, जान दे साले नूं कितें नहीं मर लग्या। जंग नूं लब्भो बस यारी लई छेती अपनी लड़ाईया। हर जंग वापस आ गया। गोली तू मारेगा। सिकंदर लाले मेरी गल सुनो यार, मतलब सानू सोचना चाहिए यार। यार चार दिन बाद चोना ने, ठीक है यार
ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਮੇਰੇ ਬਾਰੇ ਕੀ ਸੋਚੋਗੇ, ਪਰ ਮੈਂ ਹਾਰਨਾ ਨਹੀਂ ਚਾਹੁੰਦਾ। ਤੂੰ ਚੱਲ ਰਿਹਾ ਕਿ ਨਹੀਂ? ਸਾਡੇ ਵਾਲਾ ਵੀਰੇ, ਮੈਂ ਤੈਨੂੰ ਰੋਕ ਨਹੀਂ ਰਿਹਾ। ਸਾਡਾ ਫਤਿਹ ਬਾਈ ਮਾਰਿਆ ਉਹਨਾਂ ਨੇ, ਛੋਰ ਮਾਰਿਆ। ਛੱਡਦੇ ਨਹੀਂ ਹੈਗੇ ਭੈਣ ਦੇ ਯਾਰ ਨੂੰ। ਮੂੰਹ ਤੇ ਮੂਦੀ ਜੇ ਪਿੱਛੇ ਹਟੀਏ, ਸਾਲੇ ਨੂੰ ਘਰ ਚ ਹੱਗਣ ਲਾ ਦਿਆਂਗੇ। ਪਰ ਬਾਈ, ਇਹੀ ਕੰਮ ਆਪਾਂ 4 ਦਿਨ ਬਾਅਦ ਵੀ ਤਾਂ ਕਰ ਸਕਦੇ ਹਾਂ। ਤੁਹਾਡੇ ਨਾਲ ਤਾਂ ਇਹ ਚੰਗਾ, ਘੱਟੋ ਘੱਟ ਆਪਣੀ ਬੇਈਮਾਨੀ ਦਾ ਝੂਠ ਤਾਂ ਨਹੀਂ ਬੋਲਦਾ। ਬਾਈ ਬਾਈ, ਇੱਕ ਖਬਰ ਹੈ। ਉਹ ਯਾਰ, ਜਾਂ ਤੇ ਤੂੰ ਹੌਂਕ ਲੈ ਤੇ ਜਾਂ ਗੱਲ ਕਰ ਲੈ। ਸੋਰੀ ਵੀਰੇ, ਤੇਰਾ ਝੋਟਾ ਤਾਂ ਗਿਆ ਚਿੱਕੜ 'ਚ। ਬੈਂਤ ਇਲੈਕਸ਼ਨ 'ਚ ਖੜੀ ਹੋ ਰਹੀ ਹੈ ਤੇ ਕਈ ਗਰੁੱਪ ਉਹਨੂੰ ਸਪੋਰਟ ਕਰ ਰਹੇ ਨੇ ਸਾਡੇ ਖਿਲਾਫ। ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਕੁੜੀ ਸਟੂਡੈਂਟ ਪ੍ਰੈਜ਼ੀਡੈਂਟ ਦੀ ਚੋਣ ਲੜ ਰਹੀ ਹੈ। ਉਡੀਕ ਇਸ ਗੱਲ ਦੀ ਰਹੇਗੀ ਕਿ ਬੇਅੰਤ ਚੋਣ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜਦੀ ਹੈ ਕਿ ਨਹੀਂ। ਅਸੀਂ ਇਹ ਮੰਨਦੇ ਹਾਂ ਵੀ ਇਹ ਸਾਡੇ ਆਪਣੇ ਮੁੰਡੇ ਨੇ ਜਿਹੜੇ ਉਸ ਸਿਆਸੀ ਚੌਧਰੀ ਦਾ ਹੱਥ ਠੋਕਾ ਬਣੇ ਹੋਏ ਨੇ, ਪਰ ਜੇ ਇਹ ਸਾਡੇ ਗੱਲ ਨੂੰ ਹੱਥ ਪਾਉਣਗੇ, ਅਸੀਂ ਇਹ ਬਿਲਕੁਲ ਭੁੱਲ ਸਕਦੇ ਹਾਂ ਕਿ ਇਹ ਸਾਡੇ ਆਪਣੇ ਮੁੰਡੇ ਨੇ, ਕਿਉਂਕਿ ਹਰ ਵਾਰ ਉੱਠਣ ਵਾਲਾ ਹੱਥ ਵੰਡਿਆ ਵੀ ਜਾ ਸਕਦਾ ਹੈ। ਤੁਹਾਨੂੰ ਮੁਬਾਰਕ ਤੁਹਾਡੀ ਯਾਰੀ ਨਾਲੇ ਸੱਸੇ ਤੋਂ ਸਰਦਾਰੀ। ਤੁਹਾਨੂੰ ਮੁਬਾਰਕ ਤੁਹਾਡੀ ਯਾਰੀ ਨਾਲੇ ਸੱਸੇ ਤੋਂ ਸਰਦਾਰੀ। ਰੋਕ ਸਕੋ ਤਾਂ ਰੋਕ ਲਵੋ, ਹੁਣ ਆ ਗਈ ਸਾਡੀ ਵਾਰੀ। ਤੁਹਾਨੂੰ ਮੁਬਾਰਕ ਤੁਹਾਡੀ ਯਾਰੀ ਨਾਲੇ ਸੱਸੇ ਤੋਂ ਸਰਦਾਰੀ। ਸਾਨੂੰ ਅੱਜ ਸੋਚਣਾ ਪੈਣਾ ਹੈ ਕਿ ਕਿਵੇਂ ਆਹ ਕੁੜੀਆਂ ਛੇੜਨ ਵਾਲੇ ਟੋਲੇ ਸਾਡੇ ਤੇ ਕਾਬਜ਼ ਹੋ ਗਏ। ਦੋਸਤੋ, ਅੱਜ ਪਛਾਣ ਕਰਨੀ ਪਊਗੀ ਕਿ ਉਹ ਕਿਹੜੇ ਸਿੰਘ ਨੇ ਜਿਨ੍ਹਾਂ ਨੇ ਗੁਰੂ ਨੂੰ ਬੇਦਾਵਾ ਨਹੀਂ ਲਿਖਿਆ, ਜਿਨ੍ਹਾਂ ਨੇ ਪੰਜਾਬ ਨੂੰ ਦਗਾ ਨਹੀਂ ਦਿੱਤਾ। ਇਹ ਕੀ ਭਜਨ ਜੇ ਗਾਈ ਜਾਂਦੇ ਨੇ? ਵੋਟ ਪਾਓ ਸਾਨੂੰ, ਆਪਾਂ ਲਵਾਵਾਂਗੇ ਕਿਸੇ ਬੈਲੀ ਸਿੰਗਰ ਦਾ ਅਖਾੜਾ। ਅੱਜ ਕੱਲ੍ਹ ਮਿੱਤਰਾਂ ਖੜਕੇ ਦੜਕੇ ਜਿਹੜੇ ਚੱਲ ਵੀ ਬਹੁਤ ਰਹੇ ਨੇ। ਮੈਂ ਤਾਂ ਕਹਿੰਦਾ ਬਾਈ, ਹੋਰੋਂ ਕਰੀਏ, ਬਿੱਟੂ ਨੂੰ ਪਿਆਈਏ ਇੱਕ ਬੋਤਲ, ਦੇਖਿਓ ਫਿਰ ਕਿਵੇਂ ਇੱਕ ਸਮਾਨ ਪਾਉਂਦਾ ਜਿਵੇਂ ਪਿੜ 'ਚ ਸਾਣ ਪਾਉਂਦਾ ਹੁੰਦਾ। ਤੇ ਜੇ ਬਾਲਾ ਵਧੀਆ ਪ੍ਰੋਗਰਾਮ ਕਰਨਾ ਨਾ, ਫਿਰ 3-4 ਸ਼ੀਸ਼ੀਆਂ ਪਿਆਓ ਆਪਣੇ ਜੀਜੇ ਨੂੰ ਫੈਂਸੀ ਦੀਆਂ। ਤੈਨੂੰ ਨਹੀਂ ਕਿਹਾ ਬਾਈ, ਦੇਖਿਓ ਫਿਰ ਮੈਂ ਕਿਵੇਂ ਇਹਨਾਂ ਦੇ ਪੋਸਟਰ ਪਾੜਦਾ। ਇਹ ਸਭ ਤੁਹਾਨੂੰ ਪੁਚੜਾਉਣ ਲਈ ਹੈ, ਇਹਨਾਂ ਕੋਲ ਸਾਡੇ ਖਿਲਾਫ ਕੋਈ ਮੁੱਦਾ ਨਹੀਂ ਹੈਗਾ, ਇਸ ਲਈ ਜੋ ਮਨ ਚਾਹੁੰਦਾ ਬੋਲਦੇ ਫਿਰਦੇ ਨੇ ਇਹ। ਯਾਦ ਰੱਖਿਓ, ਹੱਕ ਕਿਸੇ ਦਾ ਖੋਣ ਨਹੀਂ ਦੇਣਾ, ਜੋ ਤੁਸੀਂ ਹੋ ਚਾਹੁੰਦੇ ਆਪਾਂ ਹੋਣ ਨਹੀਂ ਦੇਣਾ। ਯਾਦ ਰੱਖਿਓ, ਹੱਕ ਕਿਸੇ ਦਾ ਖੋਣ ਨਹੀਂ ਦੇਣਾ, ਜੋ ਤੁਸੀਂ ਹੋ ਚਾਹੁੰਦੇ ਆਪਾਂ ਹੋਣ ਨਹੀਂ ਦੇਣਾ। ਬਹੁਤ ਹੋ ਗਿਆ, ਹੁਣ ਨਹੀਂ ਸੁਣਨਾ ਕਿਸੇ ਤੋਂ। ਮੁਬਾਰਕ ਤੁਹਾਡੀ ਯਾਰੀ ਨਾਲੇ ਸੱਸੇ ਤੋਂ ਸਰਦਾਰੀ। ਤੁਹਾਨੂੰ ਮੁਬਾਰਕ ਤੁਹਾਡੀ ਯਾਰੀ ਨਾਲੇ ਸੱਸੇ ਤੋਂ ਸਰਦਾਰੀ। ਸਾਨੂੰ ਤੁਹਾਡੀ ਸਪੋਰਟ ਦੀ ਕੋਈ ਲੋੜ ਨਹੀਂ। ਫਿਰ ਵੀ ਕਰਾਂਗੇ। ਸਟੇਜ ਸ਼ੇਅਰਿੰਗ ਬਿਲਕੁਲ ਨਹੀਂ ਹੋਊਗੀ, ਜੋ ਹੁਕਮ ਸਰਕਾਰ ਦਾ। ਠੀਕ ਹੈ ਫਿਰ। ਖੁਸ਼ ਕਰ ਲੋ ਸਪੋਰਟ। ਇਹਨੂੰ ਸਪੋਰਟ ਕਰਨਾ ਨਹੀਂ ਕਹਿੰਦੇ ਪੁੱਤ, ਇਹਨੂੰ ਕੋਡਾ ਹੋਣਾ ਕਹਿੰਦੇ ਆ। ਇਹਨਾਂ ਸਿਕੰਦਰਾਂ ਦੀ ਹੋਣੀ ਦਾ ਬਹੁਤ ਪੁਰਾਣਾ ਰਿਸ਼ਤਾ ਹੈ ਸਾਡੇ ਨਾਲ। ਇੱਕ ਉਹ ਸਿਕੰਦਰ
ਜਿਹੜਾ ਦੁਨੀਆ ਜਿੱਤਣ ਤੁਰਿਆ ਸੀ ਉਹਦੀਆਂ ਨਾਸਾਂ ਵੀ ਸਾਡੇ ਪੁਰਖਿਆਂ ਨੇ ਭੰਨੀਆਂ ਸੀ। ਇੱਕ ਉਹ ਸਿਕੰਦਰ ਨੇ ਜਿਹੜੇ ਤੀਜੀ ਦੁਨੀਆ ਨੂੰ ਗੁਲਾਮ ਬਣਾਉਣ ਤੁਰੇ ਹੋਏ ਨੇ। ਵੀਅਤਨਾਮ ਤੋਂ ਲੈ ਕੇ ਇਰਾਕ ਤੱਕ ਤਬਾਹੀ ਮਚਾਈ ਇਹਨਾਂ ਸਿਕੰਦਰਾਂ ਨੇ, ਪਰ ਲੋਕ ਜਿੱਤਣ ਇਹਨਾਂ ਨੂੰ ਵੀ ਨਹੀਂ ਦਿੰਦੇ। ਤੇ ਤੀਜਾ ਆ ਸਿਕੰਦਰ ਜਿਹੜਾ ਯੂਨੀਵਰਸਿਟੀ ਤੋਂ ਲੈ ਕੇ ਪੰਜਾਬ ਤੱਕ ਕਬਜ਼ਾ ਕਰਨ ਨੂੰ ਫਿਰਦਾ ਹੈ। ਦੋਸਤੋ, ਇਹਨਾਂ ਦੀਆਂ ਸ਼ਕਲਾਂ ਅਲੱਗ ਹੋ ਸਕਦੀਆਂ ਨੇ, ਪਰ ਕੁਨਬਾ ਇੱਕ ਹੈ। ਬੰਦਾ ਹਾਰਨਾ ਨਹੀਂ ਚਾਹੀਦਾ। ਜੋ ਆਪਾਂ ਹਰ ਜੰਗ ਨਾਲ ਕੀਤਾ ਇਹਨਾਂ ਨਾਲ ਵੀ ਤਾਂ ਕਰ ਸਕਦੇ ਹਾਂ। ਬਈ ਇਹ ਜਨਤਾ ਉਹਦੇ ਲੈਕਚਰਾਂ 'ਤੇ ਤਾੜੀ ਤਾਂ ਮਾਰ ਸਕਦੀ ਹੈ, ਪਰ ਵੋਟ ਨਹੀਂ ਪਾਉਂਦੀ। ਬਰਾਬਰ ਮਾਰੋ, ਪਰ ਜਾਨ ਨਹੀਂ ਲੈਣੀ ਕਿਸੇ ਦੀ। ਯਾਰ, ਤੈਨੂੰ ਨਹੀਂ ਲੱਗਦਾ ਆਪਾਂ ਫਰੈਂਡਲੀ ਮੈਚ ਜਿਹਾ ਖੇਡੀ ਜਾਂਦੇ ਹਾਂ? ਭਾਬੀ ਜਿੱਤੇ ਜਾਂ ਆਪਾਂ ਜਿੱਤੀਏ, ਗੱਦੀ ਤਾਂ ਘਰ 'ਚ ਰਹਿਣੀ ਆ। ਚੁੱਪ ਕਰ ਜਾ ਸਾਲਿਆ, ਕੋਈ ਸੁਣ ਲੂਗਾ? ਇਹ ਨਾ ਦਿਲਾਂ ਦੇ ਮਾਮਲੇ ਨੇ, ਆਪਣੇ ਸਮਝ ਨਹੀਂ ਆਉਣੇ। ਅੱਛਾ, ਅਸੀਂ ਮੰਨਦੇ ਹਾਂ ਕਿ ਪਿਛਲੇ ਦਿਨੀ ਜੋ ਕੁਛ ਵੀ ਹੋਇਆ ਉਸ ਬੀਬੀ ਦੇ ਨਾਲ ਬਹੁਤ ਬੁਰਾ ਹੋਇਆ, ਤੇ ਅਸੀਂ ਇਹਦੀ ਨਿੰਦਾ ਕਰਦੇ ਹਾਂ। ਸਾਡੀ ਪੂਰੀ ਹਮਦਰਦੀ ਹੈ ਬਿਆਨ ਦੇ ਨਾਲ। ਅਸੀਂ ਜਾਣਦੇ ਹਾਂ ਇਹਨਾਂ ਦੇ ਹਮਦਰਦੀ ਦੇ ਮਾਇਨੇ। ਕੁੱਟੇ ਅਸੀਂ ਜਾਈਏ, ਲੁੱਟੇ ਅਸੀਂ ਜਾਈਏ, ਤੇ ਸ਼ਰਮਿੰਦਾ ਵੀ ਅਸੀਂ ਹੋਈਏ। ਸ਼ਰਮਿੰਦਾ ਹੋਣ ਇਹ ਲੋਕ ਜਿਹੜੇ ਇਹੋ ਜਿਹੀਆਂ ਕਰਤੂਤਾਂ ਕਰਦੇ ਨੇ। ਯੂਨੀਵਰਸਿਟੀ 76% ਕੁੜੀਆਂ ਨੇ, ਤੇ ਜੇ ਐਤ ਕੀ ਉਹਨਾਂ ਨੂੰ ਅਕਲ ਆ ਗਈ ਨਾ, ਉੱਪਰਲੀ ਥੱਲੇ ਲਿਆ ਦੇਣਗੀਆਂ। ਦੇਖੀ, ਮੈਦਾਨ ਛੱਡ ਕੇ ਨਾ ਭੱਜੇ। ਸਿਕੰਦਰ ਦਾ ਮੈਦਾਨਾਂ ਨਾਲ ਕੀ ਰਿਸ਼ਤਾ ਹੈ ਤੂੰ ਜਾਣਦੀ ਹੈ? ਤੇਰੀਆਂ 76% ਕੁੜੀਆਂ ਤੇ ਇਹਨਾਂ ਦੇ ਆਸ਼ਕ ਇੱਕ ਫਿਲਮ 'ਤੇ ਵੋਟ ਪਾ ਸਕਦੇ ਨੇ, ਯਾਦ ਰੱਖੀ। ਦੇਖ, ਰੱਟੇ ਰਟਾਏ ਪਹਾੜੇ ਹਰ ਵਾਰ ਕੰਮ ਤਾਂ ਆਉਂਦੇ ਨਹੀਂ। ਵਿਰੋਧ 'ਚ ਖੜ੍ਹੇ ਦੋਸਤ ਤੋਂ ਹਮੇਸ਼ਾ ਡਰਨਾ ਚਾਹੀਦਾ, ਖਤਰਨਾਕ ਹੁੰਦਾ, ਕਿਉਂਕਿ ਉਹ ਤੁਹਾਡੀਆਂ ਕਮਜ਼ੋਰੀਆਂ ਜਾਣਦਾ। ਫਿਰ ਤੂੰ ਡਰ। ਇਹ ਹੈ ਸਿਕੰਦਰ ਦੀ ਨਵੀਂ ਮੰਡੀਰ, ਮਾਫੀਆ ਮੰਡੀਰ। ਪੋਸਟਰ ਪੜ੍ਹਨ ਦਾ ਬਹੁਤ ਸ਼ੌਕ ਹੈ ਤੈਨੂੰ। ਹਟ ਜਾ ਇੱਥੋਂ, ਮੈਂ ਗੋਲੀ ਚਲਾ ਦੂੰ। ਦੇਖ, ਤੇਰੀ ਬਹੁਤ ਖੜਕੈਂਦੀ ਹੋ, ਭੱਜ ਜਾ ਇੱਥੋਂ। ਹਸਨ, ਠੰਡੇ ਮਤੇ ਨਾਲ ਗੱਲ ਕਰ, ਉਹ ਡਰਿਆ ਹੋਇਆ, ਜਾਣ ਦਿਓ ਉਹਨੂੰ। ਪਿਸਤੌਲ ਛੱਡ ਦੇ, ਕੁਛ ਨਹੀਂ ਕਹਿੰਦੇ ਤੈਨੂੰ, ਭੱਜ ਜਾ ਇੱਥੋਂ। ਪ੍ਰਚਾਰ ਦੌਰਾਨ ਪੋਸਟਰ ਪੜ੍ਹਨ ਦੇ ਮਾਮਲੇ ਨੂੰ ਲੈ ਕੇ ਹੋਏ ਸ਼ੋਰ ਸ਼ਰਾਬੇ 'ਚ ਅਚਾਨਕ ਗੋਲੀ ਚੱਲਣ ਕਰਕੇ ਇੱਕ ਵਿਦਿਆਰਥੀ ਆਗੂ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਤੂੰ ਜੋ ਵੀ ਕੀਤਾ ਹੈ
ਉਹਦੇ ਮਾਇਨੇ ਸਾਨੂੰ ਤੇਰ ਤੋਂ ਸਿੱਖਣ ਦੀ ਲੋੜ ਨਹੀਂ। ਤੁਹਾਡੀ ਵਰਗੀ ਦੁਨੀਆ ਦੀ ਸਾਰੀ ਲਗੌੜ ਇਕੱਠੀ ਹੋ ਕੇ ਵੀ ਸ਼ਮੀਰ ਨਹੀਂ ਬਣ ਸਕਦੀ। ਜਾਣ ਬੁੱਝ ਕੇ ਨਹੀਂ ਮਾਰਿਆ, ਹਥਿਆਰ ਤੇਰੇ ਹੱਥ 'ਚ ਹੋਵੇ ਜਾਂ ਕਿਸੇ ਹੋਰ ਦੇ, ਮਰ ਅਸੀਂ ਰਹੇ ਹਾਂ। ਤੈਨੂੰ ਕੀ ਲੱਗਦਾ ਦੁਨੀਆ ਤੇਰੇ ਹਿਸਾਬ ਨਾਲ ਚੱਲਦੀ ਹੈ? ਤੂੰ ਜੋ ਮਰਜ਼ੀ ਕਰ ਲੈ, ਸਾਡੇ ਗੁਰੂ ਨੇ ਕਿਹਾ ਆਖਰੀ ਫਤਿਹ ਤਾਂ ਖਾਲਸਿਆਂ ਦੀ ਹੋਣੀ ਹੈ। ਮੇਰਾ ਨਾਂ ਸਿਕੰਦਰ ਹੈ। ਮੇਰਾ ਨਾਂ ਬਿਆੰਤ ਹੈ, ਬਿਆੰਤ ਸਾਡਾ ਵੀ ਕੋਈ ਨਹੀਂ। ਯੂਨੀਵਰਸਿਟੀ ਬੰਦ ਕਰਨ ਦਾ ਹੁਕਮ ਹੈ। ਇਲੈਕਸ਼ਨ ਕੈਂਸਲ ਹੋ ਗਈ। ਬੰਦਾ ਮਾਰਨਾ ਔਖਾ ਨਹੀਂ, ਇੱਕ ਹੋਰ ਰਸਤਾ। ਨੁਕਸਾਨ ਤਾਂ ਬਹੁਤ ਵੱਡਾ ਹੋ ਗਿਆ ਪੁੱਤ। ਤੁਹਾਡੀ ਮਦਦ ਦੀ ਲੋੜ ਹੈ। ਸਾਡੀ ਜਥੇਬੰਦੀ ਤੁਹਾਡੇ ਨਾਲ ਹੈ, ਬਾਕੀਆਂ ਨਾਲ ਮੈਨੂੰ ਗੱਲ ਕਰਨੀ ਪਊਗੀ। ਠੀਕ ਹੈ ਜੀ। ਤੇਜ਼ੀ ਨਾਲ ਹੋਏ ਘਟਨਾਕ੍ਰਮ 'ਚ ਪੰਜਾਬ ਦੀਆਂ 30 ਲੋਕ ਜਥੇਬੰਦੀਆਂ ਨੇ ਚੰਡੀਗੜ੍ਹ ਦੇ ਵਿਦਿਆਰਥੀ ਅੰਦੋਲਨ ਨੂੰ ਹਿਮਾਇਤ ਦੇਣ ਦਾ ਫੈਸਲਾ ਕੀਤਾ ਹੈ। ਲੋਕ ਜਥੇਬੰਦੀਆਂ ਦਾ ਇਹ ਐਲਾਨ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀਆਂ ਪਰੇਸ਼ਾਨੀਆਂ ਵਧਾਉਣ ਦਾ ਸਬੱਬ ਬਣ ਸਕਦਾ ਹੈ। ਜਿਹੜੇ ਗੁੰਡਾ ਗਰੋਹ ਨੇ ਸਾਡਾ ਮੁੰਡਾ ਸ਼ਹੀਦ ਕੀਤਾ ਹੈ, ਉਹਨੇ ਜੋ ਗੁੰਡਾਗਰਦੀ ਪੰਜਾਬ 'ਚ ਮਚਾਈ ਹੋਈ ਹੈ ਉਹ ਕਿਸੇ ਤੋਂ ਲੁਕੀ ਨਹੀਂ ਹੈ। ਇਹਨਾਂ ਗੁੰਡਿਆਂ ਨੂੰ ਵੱਡੀਆਂ ਵੱਡੀਆਂ ਪਾਰਟੀਆਂ ਦੀ ਹਮਾਇਤ ਹੈ, ਰਾਜ ਕਰਨ ਵਾਲੀ ਸਰਕਾਰ ਦੀ ਹਮਾਇਤ ਹੈ, ਪੁਲਿਸ ਦੀ ਹਮਾਇਤ ਹੈ,
अफसर शाही की हमायत है पर लोगों की ताकत वड्डे वड्डे खब्बी खाना की बूथ लवा सकती है। यह मीसना मुख्यमंत्री जिहड़ा शहीद होए मुंडे नूं अपना पुत दसदा है यही उहदे कातलां नूं बचा रहा है। इहदी धौण ते गोडा रख के पुछणा किहदा गुंडा ग्रोह नाल की रिश्ता है। यह लड़ाई कल्ली पाड़ियां दी नहीं हैगी। इस गुंडा सियासी गठजोड़ ने पिछले दो सालां च साढ़े पांच किसान मजदूरां नूं शहीद किया है। यह लड़ाई कल चंडीगढ़ तक की नहीं, यह लड़ाई गुरदासपुर तो लैके मानसे तक फैली हुई है। एवें परमे साडे कातलों नूं कि असीं होवांगे दो जां चार लोकों और बदले लै ते भी जिहड़ी टुटनी नहीं एड्डी लंबी है साडी कतार लोकों। गुंडा पुलिस सियासी गठजोड़ मुर्दाबाद, गुंडा पुलिस सियासी गठजोड़ मुर्दाबाद। असी समूह लोग जथेबंदियों का तय दिलों धन्यवाद करते हैं। असी फैसला किया है कि 25 तरीक नूं वीसी ऑफिस घेरांगे ते इन्हां दा पूरा काम ठप करांगे। गुंडा गद्दी चक देंगे, गोडा रख देंगे। कुछ नहीं है हुण थोड़े हाथ च। 30 जथेबंदियां ने हमायत दित्ती है उन्होंने। गल हुण आ गई सरकार ते, हुण जो भी करना होया असी करांगे। लाले तू जा भाई सिकंदर सिंह। ग्रुप छड़दा दूजी गल अपने हाथ ते हथियार काबू च रखियो। बेकाबू तेरे ही होंदे ने। देख सिकंदर, एक ग्रुप सिर्फ तेरा नहीं साडा भी है। नाले यार तू किहड़े चक्करां च पिया, तू आशक बंदा किते आशकी उशकी कर जाके है। नाले यार तैनू तां साला हजे तक यही समझ नहीं आया भी तू रहना किहदे नाल है। उहने तैनू रखना नहीं, धक्के तू साला सानू मरी जांदा। मेरी छड्ड, तू अपनी विचार ली। हाँ भाई लाले, आ जा बह जा। कहा सी तैनू बंदा भरोसे वाला नहीं हैगा, सुनी नहीं तू गल। सियाने कहिंदे ने बंदे दी जात ना कुत्ते दी जात हुंदी है। खैर छड, जो होया मिट्टी पा, आपां हुण जमा ही गल नहीं करनी। ओले यार मैं दस बड़ा ही भुलक्कड़ हो गया। मैं इन्हां बंदियां तो तू जानदा ही होएगा। Thank you.
आनंदपुर साहब हाँ बोले महल से। ठीक है मैं पहुंच के फोन कर। की करेगा हुण तू हरजंग पंडित तेरा सारा ग्रुप सब उधर ने इतों तक कि तेरा लाला भी तेरा भोग पाने की पूरी प्लानिंग है। मैं तो भी चाहनी तू जो भी उन्होंने कहने ते कीता है रेस्ट बोल दे जान की गरंटी असी लैने जे हाँ होवे तो फोन करी टेक योर टाइम वैसे वो तेरे को घट ही है। फोन कटता गल ही कोई नहीं फेर ला चरण गंगा नदी के पिछे आ जा नैना देवी रोड से उत्थे मैं तेरी वेट कर रहा नाले गल सुन गलिया दे विच दी आई ते पहाड़ राही थले उतर जी तू बस इत्थे किसी तरह पहुंच जा एक बार हाँ पड़ता किथे ओए तेरा चंगा भी आके लगी डब्बू गल ते यार राशि बहुत है इत्थे चल छेदी कर यार मेरा सिकंदर बाई नू मारन जमा ही दिल नहीं करता की कहने हो ले मारू गोली सिकंदर नू वड्डा गामा पलवान सौ गुरु ग्रंथ साहब जी यार मतलब सोचो यार अपना फतेह भाई मारता इन्होंने शोर मर गया यार ते हुण आपां इन्हां ले बंदूकां चक्की फिरदे आ घरां नूं चलीए
गोली मार। गोली मार भैन दिया यारा। ठीक है पहले पिस्तौल मैनू दे। पिछे ना मुड़ के देखी। भाई I hit. ਉੱਤੇ ਬੈਠਾ ਬਾਂਦਰ ਉਹ ਸਮਝੇ ਖੁਦ ਨੂੰ ਸਿਕੰਦਰ ਕਹਿੰਦਾ ਕੁਛ ਨਹੀਂ ਦੁਨੀਆ ਅੰਦਰ ਖਾਲੀ ਹੱਥ ਗਿਆ ਸਿਕੰਦਰ ਖਾਲੀ ਹੱਥ ਗਿਆ ਸਿਕੰਦਰ ਉਹ ਟੈਂਟਾ 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 ਉਹ ਟੈਂਟਾ 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 ਉਹ ਬੱਲੇ ਸਿਕੰਦਰਾ ਚੱਲੇ ਆ ਦੁਨੀਆ ਦੇ ਮੇਲੇ ਤੋਂ ਜੀ ਨੀ ਜਾਣ ਨੂੰ ਕਰਦਾ ਰੰਗਲੀ ਦੁਨੀਆ ਤੋਂ ਓਏ ਜੀ ਨੀ ਜਾਣ ਨੂੰ ਕਰਦਾ ਰੰਗਲੀ ਦੁਨੀਆ ਤੋਂ ਸਿਕੰਦਰਾ ਮੰਨਦਾ ਇਹਨੂੰ ਕਹਿੰਦੇ ਸੁਰ ਪਰ ਤੈਨੂੰ ਸੁਰਾਂ ਦੀ ਅਕਲ ਉਕਲ ਤਾਂ ਹੈ ਨਹੀਂ ਉਹ ਵੀਰੇ ਇਹ ਤਾਂ ਭੋਲੇਨਾਥ ਦੀ ਮਿਹਰ ਨਾਲ ਹੀ ਹੁੰਦੀ ਆ ਜਾਣ ਤਾਂ ਪੈਣਾ ਸਤਿ ਸ੍ਰੀ ਅਕਾਲ छल्ला वास नहीं उमेरे है छल्ला वास नहीं उमेरे है छल्ला वास नहीं उमेरे छल्ला वास नहीं उमेरे छल्ला वास मेरी माँ दे कल्ले की तन जागे बगल सुन छल्लिया खर की ता किस इस ते टूना छला बंबी दा पानी छला बंबी दा पानी छला बंबी दा पानी किथे बैगर न जानी असा खबर को न जानी वे गल सुन छलिया वे गल सुन छलिया तेरी बेरी इक उगया कंडा लाले बेंत को ले चलेगा
ਛੱਡਣੇ ਹੋਈ ਮੈਨੂੰ ਬਹੁਤ ਜੈਲਸੀ ਹੁੰਦੀ ਹੈ ਸਾਲਿਆ ਬੈਂਤ ਨਾਲ ਕਦੇ ਕਦੇ ਤਾਂ ਜੀ ਕਰਦਾ ਸਾਲਾ ਗੋਲੀ ਮਾਰਦਾ ਉਹਦੇ ਛੱਡਿਆ ਬਾਈ ਛੱਡਦੇ ਖੜਾ ਹੋਏ ਇਸ ਜਨਮ ਚ ਤਾਂ ਬਾਹਰ ਛੱਲਾ ਗੁੱਤ ਇੱਕ ਲੰਮੀ ਛੱਲਾ ਗੁੱਤ ਇੱਕ ਲੰਮੀ ਛੱਲਾ ਗੁੱਤ ਇੱਕ ਲੰਮੀ ਅਸਾਂ ਸੁਪਨੇ ਸੀ ਚੁੰਨੀ ਹੋਈ ਨੀਅਤ ਸੀ ਅੰਨੀ ਅਸਾਂ ਦਿਲ ਦੀ ਸੀ ਮੰਨੀ ਵੇ ਗੱਲ ਸੁਣ ਛੱਲਿਆ ਹੁਣ ਦੇ ਲੈ ਜਿਹੜੀ ਦੇਣੀ ਐ ਸਜ਼ਾ ਚੱਲਾ ਵਸ ਨਹੀਂ ਮੇਰੇ ਚੱਲਾ ਵਸ ਮੇਰੀ ਮਾਂ ਦੇ ਚੱਲਾ ਵਸ ਮੇਰੀ ਬਾਬੋ ਦੇ ਚੱਲਾ ਮੀਆਂ ਕੱਚੀਆਂ ਮਤਾਂ ਦੇ ਕੋਈ ਸੱਚੀਆਂ ਲਾਏ ਲੇਖੇ ਜੋ ਬੱਚੀਆਂ ਬਤਰੀਆਂ ਮੇਰੀਆਂ ਘੜੀਆਂ ਮੈਂ ਗੱਲ ਸੁਣ ਛੱਲਿਆ ਸਿਕੰਦਰ ਬਾਈ ਬਾਈ ਛੱਡ ਲਿਆ ਉੱਠ ਭੈਣ ਦਿਆ ਯਾਰਾ ਇੱਕ ਮੈਂ ਮਰ ਜਾਏਗਾ ਤੂੰ ਮੇਰੇ ਸਾਲਿਆ ਤੂੰ ਨੀ ਸਮਝਿਆ ਤੈਨੂੰ ਨੀ ਪੁੱਤ ਕੋਈ ਬਚਾ ਸਕਦਾ ਤੈਂ ਮਰਨਾ ਹੀ ਸੀ ਆਪਾਂ ਮਰਨਾ ਹੀ ਸੀ ਇਸ਼ਕ ਨੇ ਰਾਜੇ ਰੌਂਕਣ ਚਾਏ ਕੈਸੇ ਖੇਡ ਰਚਾਏ ਹਾਂ ਜਿੱਤਿਆ ਨਾ ਕੋਈ ਮਿਰਜ਼ਾ ਇਸ ਤੋਂ ਰਾਂਝੇ ਕਈ ਹਰਾਏ ਜਿੱਤ ਹਾਰ ਤੋਂ ਉੱਪਰ ਉੱਠ ਕੇ ਹਾਰ ਤੋਂ ਉੱਪਰ ਉੱਠ ਕੇ ਬਾਜ਼ੀ ਅੱਜ ਗਿਆ ਮਾਂ ਸਿਕੰਦਰ ਸੀ ਯਾਰਾਂ ਦਾ ਯਾਰ ਸਿਕੰਦਰ ਸੀ ਯਾਰਾਂ ਦਾ ਯਾਰ ਸਿਕੰਦਰ ਸੀ ਯਾਰਾਂ ਦਾ ਯਾਰ ਸਿਕੰਦਰ ਸੀ ਯਾਰਾਂ ਦਾ ਯਾਰ